ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਾਹ ਵਾਲੀ ਜੀ, ਰੱਬ ਇੱਕ ਜੈ ਸਾਈਂ ਜੀ। 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਇਓ ਤਾਂ ਸਬਸਕ੍ਰਾਈਬ ਕਰ ਲਓ ਔਰ ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆ ਉਹ ਮਿਲਦੀ ਰਹੇ। ਬਾਬਾ ਜੀ ਕਹਿੰਦੇ ਆ ਕਿ ਨਾ ਜਾਣੇ ਕਿਸ ਰੰਗ ਵਿੱਚ ਰੱਬ ਰਾਜ਼ੀ, ਕਿੱਥੇ ਹੋ ਜਾਵੇ ਮੇਲ ਫਕਰਾਂ ਦਾ, ਜਿੱਥੇ ਮਿਲਣ ਦੁਆਵਾਂ ਲੈ ਜਾਓ। ਇਹ 12 ਸਾਲ ਦੀਆਂ ਡੁੱਬੀਆਂ ਬੇੜੀਆਂ ਬੰਨੇ ਲਾ ਦਿੰਦੇ, ਹੁੰਦਾ ਅਜਬ ਤਮਾਸ਼ਾ ਫਕਰਾਂ ਦਾ। ਕਹਿੰਦੇ ਆ ਕਿ ਫਕੀਰ ਜਿਸ ਦੀ ਵੀ ਜ਼ਿੰਦਗੀ 'ਚ ਕਿਤੇ ਮਿਲ ਜਾਣ ਨਾ, ਅਤੇ ਉਹ ਆਪਣੇ ਆਪ ਨਹੀਂ ਮਿਲਦੇ, ਉਹ ਕੋਈ ਮਾਲਕ ਦਾ ਇਸ਼ਾਰਾ ਹੁੰਦਾ ਹੈ। ਜਿਹੜੇ ਗੁਰੂ ਰਹਿਬਰ ਪੀਰ ਫਕੀਰ ਹੁੰਦੇ ਨਾ, ਕਿਤੇ ਰਾਹ ਚੱਲਦਿਆਂ ਮਿਲ, ਅਤੇ ਉਹ ਮਾਲਕ ਦਾ ਇਸ਼ਾਰਾ ਹੁੰਦਾ ਹੈ ਕਿ ਰਹਿਮਤ ਕਿਤੇ ਨਜ਼ਦੀਕ ਹੀ ਵਾਜਾਂ ਮਾਰਦੀ ਹੈ। ਸੋ ਅੱਜ ਇਸੀ ਤਰ੍ਹਾਂ ਦੀ ਗੱਲ ਹੈ। ਇੱਕ ਨਾ ਭਿਖਾਰੀ ਸੀ, ਉਹ ਭਿਖਾਰੀ ਨੇ ਥਾਂ ਥਾਂ 'ਤੇ ਮੰਗਣਾ ਕਿ ਰੱਬ ਦੇ ਨਾਂ 'ਤੇ ਕੁਛ ਦੇ ਦਿਓ, ਅੱਲਾ ਦੇ ਨਾਂ 'ਤੇ ਕੁਛ ਦੇ ਦਿਓ। ਉਹਦੀ ਇੱਦਾਂ ਹੀ ਭਟਕਦੇ ਭਟਕਦੇ ਮੁਲਾਕਾਤ, ਉਹਦੇ ਸਾਹਮਣੇ ਇੱਕ ਵਲੀ ਆ ਗਏ। ਜ਼ਰਾ ਗੌਰ ਕਰਨਾ, ਫਕੀਰ ਆ ਗਏ, ਪਰ ਉਹਨਾਂ ਫਕੀਰਾਂ ਨੇ ਭੇਸ ਐਸਾ ਨਹੀਂ ਪਾਇਆ ਹੋਇਆ ਸੀ। ਕਈ ਹੁੰਦੇ ਨਾ ਭੇਸ ਵਟਾਇਆ ਹੁੰਦਾ ਹੈ, ਪਰ ਕਈਆਂ ਨੇ ਅੰਦਰ ਹੀ ਪਾਇਆ ਹੁੰਦਾ ਹੈ, ਆਪਣੇ ਆਪ ਨੂੰ ਪੂਰਾ ਉਸ ਰੰਗ 'ਚ ਰਚਾਇਆ ਹੁੰਦਾ ਹੈ, ਤਾਂ ਉਹ ਬਾਹਰ ਫਿਰ ਇੱਦਾਂ ਦਿਖਾਵਾ ਨਹੀਂ ਕਰਦੇ। ਤਾਂ ਉਹ ਐਸੇ ਫਕੀਰ ਸੀ, ਬਜ਼ੁਰਗ ਸੀ। ਤਾਂ ਭਿਖਾਰੀ ਤੁਰਦਾ ਤੁਰਦਾ ਉਹਨਾਂ ਕੋਲ ਚਲ ਗਿਆ। ਉਹ ਫਕਰ ਇੱਦਾਂ ਬੈਠੇ ਉਹਨਾਂ ਨੂੰ ਜਾ ਕੇ ਕਹਿੰਦਾ ਬਜ਼ੁਰਗੋ, ਅੱਲਾ ਦੇ ਨਾਂ 'ਤੇ ਕੁਛ ਦਿਓ, ਵੀ ਰੱਬ ਦੇ ਨਾਂ 'ਤੇ ਕੁਛ ਦਿਓ। ਤਾਂ ਉਹ ਜਿਹੜੇ ਬਜ਼ੁਰਗ ਸੀ, ਹੈ ਉਹ ਫਕੀਰ ਸੀ, ਪਰ ਉਹਨੂੰ ਨਹੀਂ ਪਤਾ ਸੀ ਵੀ ਇਹ ਫਕਰ ਲੋਕ ਆ, ਕਿਉਂਕਿ ਉਹਨਾਂ ਨੇ ਭੇਸ ਵੈਸਾ ਨਹੀਂ ਵਟਾਇਆ, ਨਾ ਹੱਚ ਮਾਲਾ, ਨਾ ਕੁਛ, ਨਾ ਚੋਲਾ ਪਾਇਆ, ਇੱਦਾਂ ਹੀ ਬਸ ਮੌਜ ਦੇ ਵਿੱਚ ਜਿੱਦਾਂ ਇਨਸਾਨਾਂ ਆਮ ਇਨਸਾਨਾਂ ਵਰਗੇ ਕੱਪੜੇ ਪਾਏ ਹੋਏ। ਤਾਂ ਉਹਨਾਂ ਨੇ ਕਹਿੰਦੇ ਵੀ ਅੱਲਾ ਦੇ ਨਾਂ 'ਤੇ ਰੱਬ ਦੇ ਨਾਂ 'ਤੇ ਕੁਛ ਦਿਓ, ਭਿਖਾਰੀ ਨੇ ਕਿਹਾ। ਕਹਿੰਦੇ ਉਹ ਬਜ਼ੁਰਗ ਨੇ ਆਪਣੀ ਜੇਬ 'ਚੋਂ, ਆਪਣੇ ਝੋਲੇ 'ਚੋਂ ਪੈਸੇ ਕੱਢ ਕੇ ਉਹਦੀ ਝੋਲੀ ਪਾ ਦਿੱਤੇ। ਜ਼ਰਾ ਗੌਰ ਕਰਨਾ, ਪੈਸੇ ਕੱਢ ਕੇ ਝੋਲੀ ਪਾ ਦਿੱਤੇ। ਤਾਂ ਉਹ ਜਿਹੜਾ ਭਿਖਾਰੀ ਸੀ, ਉਹ ਉਹਨਾਂ ਬਜ਼ੁਰਗਾਂ ਨੂੰ ਕਹਿੰਦਾ ਰੱਬ ਤੁਹਾਨੂੰ ਬਾਦਸ਼ਾਹ ਬਣਾਵੇ। ਉਹ ਜਦੋਂ ਇੰਨੀ ਗੱਲ ਉਹ ਫਕੀਰ ਨੇ ਸੁਣੀ ਨਾ, ਉਹ ਫਕੀਰ ਹੱਸ ਪਏ। ਜ਼ਰਾ ਗੌਰ ਕਰਨਾ, ਉਹ ਜਿਹੜੇ ਬਜ਼ੁਰਗ ਸੀ, ਫਕਰ ਸੀ, ਭੇਖ ਨਹੀਂ ਵਟਾਇਆ, ਉਹ ਹੱਸ ਪਏ। ਉਹ ਹੱਸ ਕੇ ਉਹਨੂੰ ਕਹਿਣ ਲੱਗੇ, ਭਿਖਾਰੀ ਨੂੰ, ਕਹਿੰਦੇ ਤੂੰ ਬਾਦਸ਼ਾਹ ਬਣਨਾ। ਜ਼ਰਾ ਗੌਰ ਕਰਨਾ, ਕਹਿੰਦੇ ਤੂੰ ਸਾਨੂੰ ਛੱਡ, ਤੂੰ ਦੱਸ ਤੂੰ ਬਾਦਸ਼ਾਹ ਬਣਨਾ। ਤਾਂ ਉਹ ਭਿਖਾਰੀ ਕਹਿਣ ਲੱਗਾ ਕਿ ਮਹਾਰਾਜ, ਮੈਂ ਕਿੱਥੋਂ ਬਾਦਸ਼ਾਹ ਬਣ ਜਾਣਾ, ਮੈਂ ਤਾਂ, ਮੇਰੇ ਤਾਂ ਔਕਾਤ ਹੀ ਨਹੀਂ, ਮੈਂ ਕਿੱਥੋਂ ਬਾਦਸ਼ਾਹ ਬਣ ਜਾਣਾ, ਮੈਨੂੰ ਦੱਸੋ। ਤਾਂ ਉਹ ਫਕੀਰ ਕਹਿਣ ਲੱਗੇ, ਉਹ ਬਜ਼ੁਰਗ ਕਹਿਣ ਲੱਗੇ, ਕਹਿੰਦੇ ਤੈਨੂੰ ਅਸੀਂ ਬਾਦਸ਼ਾਹ ਬਣਾ ਦਿਆਂਗੇ, ਪਰ ਪਹਿਲਾਂ ਤੈਨੂੰ ਸਾਡੇ ਨਾਲ ਵਾਅਦਾ ਕਰਨਾ ਪੈਣਾ ਕਿ ਤੂੰ ਗਰੀਬਾਂ ਨੂੰ ਅੰਨ ਦਿਆ ਕਰੇਗਾ, ਜਿਹਦੇ ਕੋਲ ਘਰ ਨਹੀਂ ਹੈ ਉਹਨੂੰ ਘਰ ਬਣਾ ਕੇ ਦੇਵੇਂਗਾ। ਜ਼ਰਾ ਗੌਰ ਕਰਨਾ ਕਿ ਜਿਹਦੇ ਕੋਲ ਕੁੱਲੀ ਨਹੀਂ ਹੈ ਉਹਨੂੰ ਕੁੱਲੀ ਪਾ ਦੇਵੇਂਗਾ, ਉਹਦੇ ਰਹਿਣ ਦਾ ਇੰਤਜ਼ਾਮ ਕਰ ਦੇਵੇਂਗਾ, ਜਿਹਦੇ ਕੋਲ ਰੋਟੀ ਨਹੀਂ ਉਹਨੂੰ ਰੋਟੀ ਖਵਾ ਦੇਵੇਂਗਾ, ਜਿਹਦੇ ਕੋਲ ਪਾਣੀ ਨਹੀਂ ਉਹਨੂੰ ਪਾਣੀ ਪਿਲਾ ਦੇਵੇਂਗਾ। ਮਤਲਬ ਜਿੰਨੀ ਵੀ ਤੇਰੇ ਤੋਂ ਮਦਦ ਹੋ ਸਕੇ ਤੂੰ ਕਿਸੇ ਦੀ ਕਰ ਦੇਵੇਂਗਾ, ਅਤੇ ਅਸੀਂ ਤੈਨੂੰ ਬਾਦਸ਼ਾਹ ਬਣਾ ਦਾਂਗੇ, ਸਾਡੇ ਨਾਲ ਵਾਅਦਾ ਕਰ। ਉਹ ਭਿਖਾਰੀ ਕਹਿੰਦਾ, ਬਾਬਾ ਆਪ ਤੂੰ ਕੱਪੜੇ ਕਿੱਦਾਂ ਦੇ ਪਾਏ ਆ? ਕਹਿੰਦਾ ਮੈਨੂੰ ਬਾਦਸ਼ਾਹ ਬਣਾ ਦੇਗਾ। ਉਹ ਕਹਿੰਦੇ ਤੂੰ ਸਾਡੇ ਭੇਖ ਨੂੰ ਛੱਡ, ਤੂੰ ਇਹ ਦੱਸ ਤੂੰ ਬਾਦਸ਼ਾਹ ਬਣਨਾ। ਕਹਿੰਦਾ ਹਾਂਜੀ ਬਾਬਾ ਜੀ, ਚਲੋ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਵੀ, ਜੋ ਜੋ ਤੁਸੀਂ ਕਿਹਾ ਹੈ, ਗਰੀਬ ਦੀ ਮਦਦ ਕਰਨੀ ਹੈ, ਜਿਹਦੇ ਕੋਲ ਅੰਨ ਨਹੀਂ ਉਹਨੂੰ ਅੰਨ ਖਵਾਉਣਾ ਹੈ, ਜਿਹਦੇ ਕੋਲ ਪਾਣੀ ਨਹੀਂ ਉਹਨੂੰ ਪਾਣੀ ਪਿਲਾਉਣਾ ਹੈ, ਜੇ ਕਿਸੇ ਦੇ ਰਹਿਣ ਦਾ ਪ੍ਰਬੰਧ ਨਹੀਂ, ਰਹਿਣ ਦਾ ਪ੍ਰਬੰਧ ਕਰਨਾ, ਮੈਂ ਵਾਅਦਾ ਕਰਦਾ। ਤਾਂ ਉਹ ਬਜ਼ੁਰਗ ਕਹਿੰਦੇ ਤੇਰੇ ਕੋਲ ਪੈਸੇ ਕਿੰਨੇ? ਜ਼ਰਾ ਗੌਰ ਕਰਨਾ, ਉਹ ਫਕੀਰ ਕਹਿਣ ਲੱਗੇ ਉਸ ਭਿਖਾਰੀ ਨੂੰ, ਤੇਰੇ ਕੋਲ ਪੈਸੇ ਕਿੰਨੇ? ਕਹਿੰਦਾ ਬਾਬਾ ਜੀ ਕਮਾਲ ਦੀ ਗੱਲ ਹੈ, ਤੂੰ ਇਹ ਕਹਿੰਦੇ ਮੈਨੂੰ ਬਾਦਸ਼ਾਹ ਬਣਾ ਦੋ ਕਿ ਪੈਸੇ, ਕਹਿੰਦੇ ਤੈਨੂੰ ਅਸੀਂ ਪੁੱਛਦੇ ਤੇਰੇ ਕੋਲ ਪੈਸੇ ਕਿੰਨੇ ਆ? ਕਹਿੰਦਾ ਜੀ ਤੁਸੀਂ ਜਿਹੜੇ ਦਿੱਤੇ ਆ ਉਹੀ ਸਿੱਕੇ ਨੇ, ਥੋੜ੍ਹੇ ਬਹੁਤੇ ਪਹਿਲਾਂ ਇਕੱਠੇ ਹੋਏ ਸੀ। ਕਹਿੰਦੇ ਇੱਦਾਂ ਕਰ, ਇਹਨਾਂ ਸਿੱਕਿਆਂ ਦੀ ਰੋਟੀ ਲੈ ਕੇ ਆ। ਉਹ ਬੰਦਾ ਸੋਚਾਂ 'ਚ ਪੈ ਗਿਆ ਭਿਖਾਰੀ, ਕਹਿੰਦਾ ਯਾਰ ਬਾਬਾ ਜੀ ਸਾਰੀ ਦਿਹਾੜੀ ਜਿੰਨੇ ਕਿ ਮੈਂ ਮੰਗੇ ਉਹ ਪੈਸੇ ਇਕੱਠੇ ਹੋਏ,
ਬਾਬਾ ਕਹਿੰਦਾ ਰੋਟੀ ਲੈ ਕੇ ਆਓ। ਪਹਿਲਾਂ ਤਾਂ ਉਹਦੇ ਮਨ 'ਚ ਵਿਚਾਰ ਚੱਲਿਆ, ਫਿਰ ਕਹਿੰਦਾ ਚਲੋ ਬਾਬਾ ਜੀ ਮੈਂ ਲੈ ਕੇ ਆਉਂਦਾ। ਬਜ਼ੁਰਗਾਂ ਨੂੰ ਕਿਹਾ ਉਹਨੇ, ਉਹ ਫਕੀਰ ਸੀ, ਉਹ ਗਿਆ ਜੀ ਰੋਟੀ ਲੈ ਕੇ ਆਇਆ, ਰੋਟੀਆਂ ਲੈ ਕੇ ਆਇਆ। ਕਹਿੰਦਾ ਜੀ ਆਹ ਰੋਟੀ ਲੈ ਆਇਆ, ਨਾਲ ਥੋੜ੍ਹੀ ਸਬਜ਼ੀ ਲੈ ਆਇਆ। ਕਹਿੰਦੇ ਇੱਦਾਂ ਕਰ, ਉਹ ਸਾਹਮਣੇ ਬੱਚੇ ਆ ਨਾ ਜਿਹੜੇ ਭੁੱਖੇ, ਕੱਪੜੇ ਪਾਟੇ ਹੋਏ, ਦੋ ਬੱਚੇ ਉੱਥੇ ਖੇਡ ਰਹੇ ਸੀ, ਕੱਪੜੇ ਪਾਟੇ ਹੋਏ ਸੀ, ਕਹਿੰਦੇ ਜਾ ਉਹਨਾਂ ਨੂੰ ਰੋਟੀ ਦੇ ਆ। ਉਹ ਭਿਖਾਰੀ ਬੜਾ ਵਿਚਾਰਾ ਪਰੇਸ਼ਾਨ ਹੋਇਆ, ਉਹ ਕਹਿੰਦਾ ਯਾਰ ਮੈਂ ਆਪਣੀ ਰੋਟੀ ਦਾ ਪ੍ਰਬੰਧ ਕੀਤਾ ਸੀ, ਬਾਬੇ ਨੇ ਉਹਨਾਂ ਨੂੰ ਕਹਿਤੀਆਂ ਵੀ ਦੇ ਦਿਓ, ਚੱਲ ਕਹਿੰਦੇ ਦੇ ਦਿੰਦੇ ਹਾਂ। ਹੁਣ ਗੱਲ ਮੰਨੀ ਜਾਂਦਾ ਸੀ ਬਜ਼ੁਰਗਾਂ ਦੀ, ਜਾ ਕੇ ਨਾ ਉਹਨੇ ਉਹ ਰੋਟੀ ਉਹਨਾਂ ਬੱਚਿਆਂ ਨੂੰ ਦੇ ਦਿੱਤੀ। ਉਹ ਬੱਚਿਆਂ ਨੂੰ ਜਦੋਂ ਰੋਟੀ ਦਿੱਤੀ ਨਾ, ਤਾਂ ਉਹ ਬੱਚੇ ਕਹਿਣ ਲੱਗੇ ਜਾ ਤੈਨੂੰ ਖੁਦਾ ਬਾਦਸ਼ਾਹ ਬਣਾਵੇ, ਤੈਨੂੰ ਰੱਬ ਬਾਦਸ਼ਾਹ ਬਣਾਵੇ, ਦੁਆ ਦੇਣ ਲੱਗੇ। ਉਹ ਰੋਟੀ ਦੇ ਕੇ ਵਾਪਸ ਉਹਨਾਂ ਫਕੀਰਾਂ ਕੋਲ ਆ ਗਿਆ ਉਹ ਭਿਖਾਰੀ। ਜਦੋਂ ਆਇਆ ਤਾਂ ਬਜ਼ੁਰਗ ਕਹਿੰਦੇ ਹੁਣ ਤੂੰ ਸਾਨੂੰ 20 ਦਿਨਾਂ ਬਾਅਦ ਮਿਲਣਾ ਆ। ਹੁਣ ਚਲੋ ਜੀ 20 ਦਿਨ ਪੂਰੇ ਹੋ ਗਏ, ਕਹਿੰਦੇ 20 ਦਿਨ ਪੂਰੇ ਹੋ ਗਏ। ਉਹ ਵਿਚਾਰਾ ਜਿਹੜਾ ਭਿਖਾਰੀ ਸੀ ਉਹ ਆਪਣੇ ਰੰਗਾਂ ਦੇ ਵਿੱਚ ਰੰਗਿਆ ਰਿਹਾ, ਉਹੀ ਮੰਗ ਕੇ ਰੋਟੀ ਖਾਂਦਾ। ਉਹਨੇ ਹੁਣ ਕੀ ਕੀਤਾ, ਜਦੋਂ 20ਵਾਂ ਦਿਨ ਹੋਇਆ ਨਾ, ਤਾਂ ਉਹਨੇ ਬਜ਼ੁਰਗ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਵੀ ਯਾਰ ਅੱਜ 20ਵੇਂ ਦਿਨ ਬਾਬੇ ਜੀ ਨੇ ਕਿਹਾ ਸੀ ਵੀ ਮਿਲਾਂਗੇ, ਤਾਂ ਉਹ ਬਜ਼ੁਰਗ ਮਿਲੇ ਤਾਂ ਹੈ ਨਹੀਂ ਕਿਤੇ। ਉਹਨੇ ਬੜੀ ਕੋਸ਼ਿਸ਼ ਕੀਤੀ, ਕਦੇ ਇੱਧਰ ਗਿਆ ਕਦੇ ਉੱਧਰ ਗਿਆ। ਉਹ ਇੱਕ ਨਾ ਜਗ੍ਹਾ 'ਤੇ ਪਹੁੰਚਿਆ ਜਿੱਥੇ ਕੁੱਲੀ ਸੀ, ਇੱਕ ਘਰ ਜਿਹਾ ਸੀ ਛੋਟਾ ਜਿਹਾ, ਉਹਦੇ ਵਿੱਚੋਂ ਬਾਬਾ ਜੀ ਨਿਕਲੇ। ਅਤੇ ਉਹ ਜਦੋਂ ਉਹਨੂੰ ਨਿਕਲ ਰਹੇ ਸੀ, ਉੱਥੇ ਹੀ ਨਾ ਬਿਲਕੁਲ ਪਾਸ ਇੱਕ ਸਾਈਡ 'ਤੇ ਇੱਕ ਝੋਲਾ ਪਿਆ ਸੀ, ਵੀ ਜਿੱਦਾਂ ਕਹਿ ਲਓ ਇੱਕ ਥੈਲੀ ਪਈ ਸੀ। ਉਹ ਥੈਲੀ ਰਾਹ ਦੇ ਵਿੱਚ ਪਈ ਸੀ, ਉਹਨੇ ਚੱਕ ਲਈ। ਉਹ ਜਦੋਂ ਬਜ਼ੁਰਗ ਉਹਨੂੰ ਮਿਲੇ ਤਾਂ ਬਜ਼ੁਰਗਾਂ ਨੂੰ ਕਹਿਣ ਲੱਗਾ ਕਿ ਮਹਾਰਾਜ ਆ ਮੈਨੂੰ ਥੈਲੀ ਮਿਲੀ ਆ, ਇਹਦੇ 'ਚ ਸੋਨੇ ਦੀਆਂ ਸ਼ਰਫੀਆਂ ਪਈਆਂ ਵਾ। ਹੁਣ ਲੱਗਿਆ ਵੀ ਸ਼ਾਇਦ 20 ਦਿਨ ਪੂਰੇ ਹੋ ਗਏ, ਸ਼ਾਇਦ ਇੱਦਾਂ ਹੀ ਬਾਦਸ਼ਾਹ ਬਣਾਉਣਾ ਸੀ ਵੀ ਇਹਦੇ 'ਚ ਕਹਿੰਦੇ ਸੋਨੇ ਦੀਆਂ ਸ਼ਰਫੀਆਂ ਪਈਆਂ। ਅਤੇ ਉਹ ਬਜ਼ੁਰਗ ਕਹਿਣ ਲੱਗੇ, ਉਹ ਕਹਿੰਦੇ ਇਹ ਤੇਰਾ ਝੋਲਾ ਨਹੀਂ ਗਾ, ਤੂੰ ਇੱਦਾਂ ਕਰ ਜਿੱਥੋਂ ਇਹਨੂੰ ਚੱਕਿਆ ਹੈ ਨਾ ਉੱਥੇ ਹੀ ਚਲਾ ਜਾ, ਜਿਹੜਾ ਇਹਦਾ ਮਾਲਕ ਹੈ ਨਾ ਉਹਨੂੰ ਲੱਭ ਜਾ ਕੇ। ਹੁਣ ਪਹਿਲਾਂ ਤਾਂ ਭਿਖਾਰੀ ਦੇ ਮਨ 'ਚ ਆਇਆ ਵੀ ਮੈਂ ਇਹ ਸ਼ਰਫੀਆਂ ਰੱਖ ਲਵਾਂ, ਜ਼ਰਾ ਗੌਰ ਕਰਨਾ। ਹੁਣ ਉਹ ਭਿਖਾਰੀ, ਉਹਨੂੰ ਸੋਨੇ ਦੀਆਂ ਸ਼ਰਫੀਆਂ ਦਾ ਝੋਲਾ ਲੱਭ ਗਿਆ, ਥੈਲਾ ਲੱਭ ਗਿਆ, ਤਾਂ ਪਹਿਲਾਂ ਤਾਂ ਦਿਲ ਕਰੇ ਵੀ ਰੱਖ ਲਵੇ, ਫਿਰ ਸੋਚਿਆ ਕਿ ਮਨਾ ਉਹ ਬਜ਼ੁਰਗ ਨੇ ਕਿਹਾ ਹੈ ਵੀ ਉਹਨੂੰ ਲੱਭ, ਚੱਲ ਮੈਂ ਉੱਥੇ ਹੀ ਜਾਂਦਾ। ਹੁਣ 1 ਦਿਨ ਬੀਤਿਆ, 2 ਦਿਨ ਬੀਤਿਆ, ਜਦੋਂ 3ਵਾਂ ਦਿਨ ਆਇਆ ਨਾ, ਤਾਂ ਉਹ ਉੱਥੇ 3ਵੇਂ ਦਿਨ ਜਾ ਕੇ ਬਹਿ ਜਾਂਦਾ ਸੀ, ਸਵੇਰੇ ਬਹਿ ਜਾਂਦਾ ਸੀ, ਸ਼ਾਮ ਨੂੰ ਆ ਜਾਂਦਾ ਸੀ। ਸਵੇਰੇ ਬੈਠਾ ਜਾ ਕੇ ਤਾਂ ਉੱਥੇ ਉਹੀ ਥੈਲਾ ਲੱਭਦੇ ਲੱਭਦੇ ਨਾ ਕੁਛ ਲੋਕ ਆਏ। ਭਿਖਾਰੀ ਨੇ ਦੇਖਿਆ ਵੀ ਯਾਰ ਇਹ ਥੈਲੇ ਬਾਰੇ ਪੁੱਛ ਰਹੇ ਹੈ, ਝੋਲੇ ਬਾਰੇ ਪੁੱਛ ਰਹੇ ਹੈ, ਅਤੇ ਉਹ ਜਾ ਕੇ ਉਹਨਾਂ ਕੋਲ ਗਿਆ, ਕਹਿੰਦਾ ਵੀ ਕਿਹੜਾ ਥੈਲੇ ਦੀ ਗੱਲ ਕਹਿੰਦੇ ਇੰਨਾ? ਕਹਿੰਦੇ ਜੀ ਕੀ ਸੀ ਉਹ 'ਚ? ਕਹਿੰਦਾ ਸੋਨੇ ਦੀਆਂ ਸ਼ਰਫੀਆਂ ਸੀ। ਕਹਿੰਦੇ ਕਿੰਨੀਆਂ? ਉਹਨੇ ਦੱਸਿਆ ਵੀ ਇੰਨੀਆਂ ਸ਼ਰਫੀਆਂ ਸੀ। ਜਦੋਂ ਉਹਨੇ ਦੱਸਤਾ ਸਹੀ, ਤਾਂ ਉਹ ਭਿਖਾਰੀ ਕਹਿਣ ਲੱਗਾ, ਕਹਿੰਦਾ ਤੁਸੀਂ ਘਬਰਾਓ ਨਾ, ਉਹ ਸ਼ਰਫੀਆਂ ਵਾਲਾ ਝੋਲਾ ਮੇਰੇ ਕੋਲ ਹੀ ਤੁਹਾਨੂੰ ਮਿਲ ਜਾਊਗਾ। ਹੁਣ ਉਹ ਜਿਹੜਾ ਭਿਖਾਰੀ ਸੀ ਨਾ, ਉਹਨੇ ਲਿਆ ਕੇ ਉਹ ਅਸ਼ਰਫੀਆਂ ਦਾ ਥੈਲਾ ਵਾਪਸ ਕੀਤਾ। ਜਦੋਂ ਉਹ ਬੰਦੇ ਨੇ ਅਸ਼ਰਫੀਆਂ ਦਾ ਥੈਲਾ ਦੇਖਿਆ ਨਾ, ਵੀ ਯਾਰ ਇਹਦੇ 'ਚੋਂ 1 ਵੀ ਘੱਟ ਨਹੀਂ, ਉਹਨੇ ਭਿਖਾਰੀ ਨੂੰ ਪੁੱਛਿਆ ਵੀ ਤੂੰ ਕੀ ਕਰਦਾ ਆ? ਉਹ ਕਹਿੰਦਾ ਮੈਂ ਭਿਖਾਰੀ ਹਾਂ ਜੀ। ਅਤੇ ਉਹ ਬੰਦਾ ਕਹਿਣ ਲੱਗਾ ਜਿਹਦੀਆਂ ਅਸ਼ਰਫੀਆਂ ਸੀ, ਉਹ ਕਹਿਣ ਲੱਗਾ ਯਾਰ ਇਹ ਫਿਰ ਤੂੰ ਰੱਖ ਲੈਂਦਾ, ਜੇ ਤੂੰ ਰੱਖ ਲੈਂਦਾ ਲੁਕੋ ਲੈਂਦਾ ਤਾਂ ਤੇਰੀ ਤਾਂ ਸਾਰੀ ਜ਼ਿੰਦਗੀ ਬੜੀ ਸੌਖੀ ਲੰਘ ਜਾਣੀ ਸੀ। ਤਾਂ ਭਿਖਾਰੀ ਕਹਿਣ ਲੱਗਾ ਨਹੀਂ ਜੀ ਮਹਾਰਾਜ, ਮੇਰੇ ਦਿਲ ਨੂੰ ਸਕੂਨ ਨਹੀਂ ਸੀ ਮਿਲਣਾ ਇਹ ਤਾਂ। ਉਹ ਨਾਲੇ ਮੈਨੂੰ ਕਿਸੇ ਬਜ਼ੁਰਗ ਨੇ ਕਿਹਾ ਸੀ ਕਿ ਭਾਈ ਇਹ ਅਸ਼ਰਫੀਆਂ ਜਿਹਦੀਆਂ ਹੈ ਉਹਨੂੰ ਲੱਭ ਅਤੇ ਉਹਨੂੰ ਦੇ। ਉਹ ਜਿਹੜਾ ਬੰਦਾ ਸੀ ਨਾ ਜਿਹਦੀਆਂ ਅਸ਼ਰਫੀਆਂ ਸੀ, ਕਹਿੰਦੇ ਉਹ ਉਸ ਦੇਸ਼ ਦੇ ਰਾਜਾ ਦਾ ਵਜ਼ੀਰ ਸੀ। ਉਹਨੇ ਜਦੋਂ ਵੇਖਿਆ ਵੀ ਇੰਨਾ ਇਮਾਨਦਾਰ ਆਦਮੀ, ਤਾਂ ਉਹਨੇ ਕਿਹਾ ਵੀ ਸਾਨੂੰ ਤੇਰੇ ਵਰਗੇ ਬੰਦਿਆਂ ਦੀ ਲੋੜ ਹੈ, ਕਿ ਤੂੰ ਸਾਡੇ ਨਾਲ ਕੰਮ ਕਰੇਗਾ, ਬਾਦਸ਼ਾਹ ਦੇ ਮਹਿਲ 'ਚ ਕੰਮ ਕਰੇਗਾ? ਤਾਂ ਭਿਖਾਰੀ ਕਹਿਣ ਲੱਗਾ ਜੀ ਜ਼ਰੂਰ ਮਹਾਰਾਜ। ਕਹਿੰਦੇ ਚੱਲ ਠੀਕ ਹੈ, ਸਵੇਰੇ ਫਿਰ ਮਹਿਲ ਆ ਜਾਈ, ਉੱਥੇ ਗੱਲ ਕਰਾਂਗੇ। ਜਦੋਂ ਸਵੇਰੇ ਰਾਜੇ ਦੇ ਕੋਲ ਹਾਜ਼ਰ ਹੋਏ, ਰਾਜੇ ਨੇ ਅੱਗੋਂ ਔਫਰ ਕੀਤਾ, ਕਹਿੰਦੇ ਤੂੰ ਸਾਡਾ ਵਜ਼ੀਰ ਬਣੇਗਾ? ਭਿਖਾਰੀ ਕਹਿਣ ਲੱਗਾ ਹਾਂਜੀ ਬਣੂੰਗਾ ਜੀ। ਹੁਣ ਇਸ ਤਰੀਕੇ ਨਾਲ ਫਕੀਰ ਨੇ ਉਹਦੀ ਜ਼ਿੰਦਗੀ ਨੂੰ ਬਦਲਿਆ, ਉਹਨੂੰ ਰਾਹ ਦਿਖਾਇਆ ਕਿ ਇੱਦਾਂ ਕਰਨਾ ਹੈ, ਉੱਦਾਂ ਕਰਨਾ ਹੈ। ਤਾਂ ਜਿਹੜੇ ਬੋਲ ਹੋ ਜਾਣ, ਜਦੋਂ ਰਾਹ ਹੋ ਜਾਵੇ ਤਾਂ ਉੱਤੇ ਚੱਲਣ ਲੱਗ ਪਏ ਬੰਦਾ, ਤਾਂ ਕੁਛ ਨਾ ਕੁਛ ਹਾਸਲ ਹੁੰਦਾ ਹੈ।
ਸੋ ਉਸ ਵਜ਼ੀਰ ਜਦੋਂ ਬਣਿਆ ਤਾਂ ਉਹਨੇ ਬਾਦਸ਼ਾਹ ਦੇ ਫਿਰ ਹੋਰ ਸਾਰੇ ਜਿੰਨੇ ਮਸਲੇ ਹੁੰਦੇ ਉਹਦੇ 'ਚ ਵੀ ਹੱਲ ਕਰਨ 'ਚ ਮਦਦ ਕਰਨੀ। ਉਹਦੇ ਹੋਰ ਵੀ ਵਜ਼ੀਰ ਸੀ ਜਿੱਦਾਂ 4-5 ਕਹਿੰਦੇ ਜਾਣੇ ਹੁੰਦੇ ਨਾ, ਜਿੱਦਾਂ ਮੰਤਰੀ ਮੰਡਲ ਹੁੰਦਾ, ਇੱਦਾਂ ਮੰਤਰੀ ਮੰਡਲ 'ਚ ਦਾਖਲ ਹੋ ਗਿਆ। ਹੁਣ ਇੱਕ ਦਿਨ ਉਸ ਬਾਦਸ਼ਾਹ ਦੇ ਕੋਲ ਇੱਕ ਇਨਸਾਨ ਆਇਆ, ਆ ਕੇ ਕਹਿਣ ਲੱਗਾ, ਮਹਾਰਾਜ ਮੇਰਾ ਇੱਕ ਸਵਾਲ ਹੈ। ਉਹ ਸਵਾਲ ਇਹ ਹੈ ਕਿ ਆਖਿਰ ਕਿਹੜੀ ਚੀਜ਼ ਪੀਣ ਨਾਲ ਬੰਦੇ ਨੂੰ ਸਵਾਬ ਮਿਲਦਾ ਹੈ, ਸਵਾਬ ਯਾਨੀ ਇਨਾਮ ਮਿਲਦਾ ਹੈ, ਰਿਵਾਰਡ ਮਿਲਦਾ ਹੈ ਰੱਬ ਵੱਲੋਂ। ਤਾਂ ਹੁਣ ਹੋਰ ਵੀ ਸਾਰੇ ਬੰਦੇ ਬੈਠੇ, ਸਾਰਿਆਂ ਨੂੰ ਸਵਾਲ ਕੀਤਾ, ਕਿਸੇ ਨੂੰ ਇਹਦਾ ਜਵਾਬ ਨਹੀਂ ਆਇਆ। ਤਾਂ ਜਿਹੜਾ ਉਹ ਭਿਖਾਰੀ ਸੀ, ਜਿਹੜਾ ਵਜ਼ੀਰ ਬਣਿਆ ਸੀ, ਉਹਨੇ ਦੱਸਿਆ, ਕਹਿੰਦਾ ਵੀ ਆਪਣੇ ਗੁੱਸੇ ਨੂੰ ਪੀਣ ਨਾਲ ਸਵਾਬ ਮਿਲਦਾ ਹੈ। ਹੁਣ ਇਹ ਸਵਾਲ ਦਾ ਜਵਾਬ ਸੁਣ ਕੇ ਸਾਰੇ ਹੈਰਾਨ ਸੀ ਵੀ ਇਹਨੂੰ ਭਿਖਾਰੀ ਨੂੰ ਕਿੱਦਾਂ ਜਵਾਬ ਪਤਾ ਹੈ। ਬਾਦਸ਼ਾਹ ਨੂੰ ਵੀ ਬੜੀ ਹੈਰਾਨੀ ਹੋਈ ਔਰ ਖੁਸ਼ ਵੀ ਬੜਾ ਹੋਇਆ। ਉਹਨੇ ਵਜ਼ੀਰ ਦੀ ਡਿਊਟੀ ਲਾਤੀ ਵੀ ਸਾਰਾ ਹੁਣ ਜਿਹੜਾ ਦੇਖ ਰਹੇ ਕਹਿ ਖਾਣੇ ਪਿਲਾਣੇ ਦਾ ਜੋ ਵੀ ਹੈ, ਤੂੰ ਕਿਸੇ ਨੂੰ ਵੀ ਕੁਛ ਵੀ ਦਾਨ ਕਰ ਸਕਦਾ, ਕੁਛ ਵੀ ਖਵਾ ਸਕਦਾ। ਉਹਨੇ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰਤੀ, ਜਿਵੇਂ ਉਹ ਬਜ਼ੁਰਗ ਨੇ ਕਿਹਾ ਸੀ, ਜਿਵੇਂ ਉਹ ਫਕੀਰਾਂ ਨੇ ਕਿਹਾ ਸੀ। ਹੁਣ ਉਹਨੂੰ ਨਹੀਂ ਪਤਾ ਸੀ ਵੀ ਉਹ ਫਕਰ ਲੋਕ ਨੇ, ਪਰ ਇਹ ਪਤਾ ਸੀ ਵੀ ਬਜ਼ੁਰਗ ਨੇ। ਉਹਨਾਂ ਦੇ ਕਹੇ 'ਤੇ ਉਹ ਚੱਲਣ ਲੱਗ ਪਿਆ। ਹੁਣ ਇੱਕ ਦਿਨ ਕੀ ਹੋਇਆ ਕਿ ਬਾਦਸ਼ਾਹ ਜਿਹੜਾ ਸੀ ਉਹ ਬਿਮਾਰ ਹੋ ਗਿਆ। ਬਾਦਸ਼ਾਹ ਦੀ ਕੋਈ ਔਲਾਦ ਨਹੀਂ ਸੀ। ਉਹਨੇ ਸਾਰਿਆਂ ਨੂੰ ਬੁਲਾਇਆ। ਉਹ ਹੁਣ ਸੋਚਾਂ 'ਚ ਪੈ ਗਿਆ ਵੀ ਮੈਂ ਇਹ ਸੋਚ ਰਿਹਾ ਕਿ ਮੇਰੇ ਤਾਂ ਜਾਣ ਦਾ ਵਕਤ ਆ ਗਿਆ। ਉਹਨੂੰ ਪਤਾ ਲੱਗ ਗਿਆ ਵੀ ਮੇਰਾ ਵਕਤ ਆ ਗਿਆ, ਪਰ ਮੈਂ ਇਹ ਸੋਚ ਰਿਹਾ ਕਿ ਮੇਰੇ ਜਾਣ ਤੋਂ ਬਾਅਦ ਇਸ ਰਾਜ ਦੀ ਗੱਦੀ ਮੈਂ ਕਿਸ ਨੂੰ ਦੇਵਾਂ। ਹੁਣ ਬਾਦਸ਼ਾਹ ਨੇ ਉਹਨਾਂ ਸਾਰਿਆਂ ਨੂੰ ਕਿਹਾ ਵੀ ਮੈਂ ਇੱਕ ਇੱਕ ਸਵਾਲ ਸਾਰਿਆਂ ਤੋਂ ਪੁੱਛੂੰਗਾ, ਇੱਕ ਸਵਾਲ ਮੈਨੂੰ ਉਹਦਾ ਜਵਾਬ ਦੇਣਾ, ਇੱਕੋ ਹੀ ਸਵਾਲ ਪੁੱਛੂੰਗਾ ਉਹਦਾ ਜਵਾਬ ਦੇਣਾ, ਜਿਹੜਾ ਸਹੀ ਜਵਾਬ ਦੇ ਗਿਆ ਮੈਂ ਉਹਨੂੰ ਆਪਣੀ ਗੱਦੀ ਦੇ ਦੇਣੀ ਹੈ। ਹੁਣ ਬਾਦਸ਼ਾਹ ਨੇ ਸਵਾਲ ਕੀਤਾ ਵੀ ਸਾਡੇ ਸਰੀਰ ਦਾ ਕਿਹੜਾ ਅੰਗ ਹੈ ਜਿਹੜਾ ਬਹੁਤ ਸਾਰੇ ਗੁਨਾਹ ਕਰਦਾ ਹੈ, ਜ਼ਰਾ ਗੌਰ ਕਰਨਾ, ਬਹੁਤ ਸਾਰੇ ਗੁਨਾਹ ਕਰਦਾ ਹੈ। ਹੁਣ ਕਿਸੇ ਨੇ ਜਵਾਬ ਦਿੱਤਾ ਹੱਥ, ਕਿਸੇ ਨੇ ਕਿਹਾ ਜੀ ਅੱਖਾਂ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਅਤੇ ਉਹ ਜਿਹੜਾ ਸਾਰਿਆਂ ਦੇ ਜਵਾਬ ਸੁਣੇ ਬਾਦਸ਼ਾਹ ਨੇ, ਪਰ ਉਹਨੂੰ ਸੈਟਿਸਫੈਕਸ਼ਨ ਜੀ ਨਹੀਂ ਹੋਈ, ਸੰਤੁਸ਼ਟੀ ਜੀ ਨਹੀਂ ਹੋਈ, ਜ਼ਰਾ ਗੌਰ ਕਰਨਾ। ਉਹਨੇ ਉਹ ਭਿਖਾਰੀ ਨੂੰ ਬੁਲਾਇਆ ਜਿਹੜਾ ਵਜ਼ੀਰ ਬਣ ਚੁੱਕਿਆ ਸੀ, ਕਹਿੰਦੇ ਤੂੰ ਦੱਸ ਬਈ ਕਿਹੜਾ ਅੰਗ ਹੈ ਸਾਡੇ ਸਰੀਰ ਦਾ ਜਿਹੜਾ ਸਭ ਤੋਂ ਜ਼ਿਆਦਾ ਗੁਨਾਹ ਕਰਦਾ ਹੈ। ਤਾਂ ਉਸ ਵਕਤ ਉਸ ਭਿਖਾਰੀ ਨੇ ਕਿਹਾ ਜੀ ਜ਼ੁਬਾਨ। ਹੁਣ ਉਹ ਬਾਦਸ਼ਾਹ ਨੂੰ ਇਹ ਜਿਹੜਾ ਜਵਾਬ ਸੀ ਬਿਲਕੁਲ ਸੱਚਾ ਲੱਗਾ ਵੀ ਇਹ ਜ਼ੁਬਾਨ ਹੈ ਜਿਹੜੀ ਵੈਰੀ ਨੂੰ ਮਿੱਤਰ ਬਣਾ ਦਿੰਦੀ ਹੈ, ਮਿੱਤਰ ਨੂੰ ਵੈਰੀ ਬਣਾ ਦਿੰਦੀ ਹੈ, ਜਿਹੜਾ ਅਰਸ਼ਾਂ 'ਤੇ ਬੈਠਾ ਇਨਸਾਨ ਉਹਨੂੰ ਧਰਤੀ 'ਤੇ ਸਿੱਟ ਦਿੰਦੀ ਹੈ, ਜਿਹੜਾ ਧਰਤੀ 'ਤੇ ਬੈਠਾ ਉਹਨੂੰ ਅਰਸ਼ਾਂ 'ਤੇ ਪਹੁੰਚਾ ਦਿੰਦੀ ਹੈ, ਔਰ ਸਭ ਤੋਂ ਜ਼ਿਆਦਾ ਗੁਨਾਹ ਵੀ ਇਹੀ ਕਰਦੀ ਹੈ। ਤਾਂ ਹੀ ਕਹਿੰਦੇ ਨਾ ਕਿ ਤੂੰ ਮੌਨ ਹੋ ਜਾ, ਜੇ ਤੂੰ ਮੌਨ ਹੋ ਗਿਆ। ਉਹ ਫਕੀਰ ਲੋਕ ਮੌਨ ਇਹਨੂੰ ਨਹੀਂ ਕਹਿੰਦੇ ਸਿਰਫ ਜ਼ੁਬਾਨ, ਉਹ ਮਨ ਨੂੰ ਵੀ ਕਹਿੰਦੇ ਇਹਨੂੰ ਵੀ ਮੌਨ ਕਰ, ਕੁੱਤੀ ਮਰੇ ਫਕੀਰ ਦੀ ਜਿਹੜੀ ਟਾਊਂ ਟਾਊਂ ਨਿੱਤ ਕਰੇ। ਸੋ ਉਹ ਜਦੋਂ ਚੁੱਪ ਹੋ ਜਾਂਦਾ, ਖਾਮੋਸ਼ੀ ਕਹਿੰਦੇ ਜ਼ੁਬਾਨ ਹੈ ਨਾ, ਜ਼ੁਬਾਨ ਕਿਸੇ ਨੂੰ ਮਾੜਾ ਕਹਿੰਦੀ, ਨਿੰਦਿਆ ਚੁਗਲੀ ਜ਼ੁਬਾਨ ਨਾਲ ਹੀ ਕਰਦਾ ਬੰਦਾ। ਸੋ ਜਦੋਂ ਬਾਦਸ਼ਾਹ ਨੇ ਇਹ ਸਵਾਲ ਦਾ ਜਵਾਬ ਸੁਣਿਆ ਉਸ ਵਜ਼ੀਰ ਨੂੰ, ਤਾਂ ਉਹਨੇ ਹੁਕਮ ਕਰ ਦਿੱਤਾ, ਕਹਿੰਦੇ ਵੀ ਅੱਜ ਤੋਂ ਤੁਹਾਡਾ ਬਾਦਸ਼ਾਹ ਇਹ ਮੇਰੇ ਜਾਣ ਤੋਂ ਬਾਅਦ। ਕੁਛ ਸਮੇਂ ਬਾਅਦ ਬਾਦਸ਼ਾਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਵਜ਼ੀਰ ਜਿਹੜਾ ਸੀ ਉਹ ਬਾਦਸ਼ਾਹ ਬਣਿਆ। ਉਹਨੇ ਹੁਕਮ ਦਿੱਤਾ ਕਿ ਉਹ ਸਾਰੇ ਗਰੀਬਾਂ ਨੂੰ ਦਾਨ ਦਕਸ਼ਣਾ ਕਰਦਾ ਰਹੇ, ਜਿਹਦੇ ਕੋਲ ਰੋਟੀ ਨਹੀਂ ਉਹਨੂੰ ਰੋਟੀ ਦੇਵੇ, ਜਿਹਦੇ ਕੋਲ ਰਹਿਣ ਲਈ ਘਰ ਨਹੀਂ ਉਹਨੂੰ ਘਰ ਮਿਲੇ, ਸਾਰਿਆਂ ਨੂੰ ਆਰਡਰ ਕਰਤਾ। ਔਰ ਕੁਛ ਲੋਕਾਂ ਨੂੰ ਕਿਹਾ ਕਿ ਯਾਰ ਇੱਦਾਂ ਇੱਦਾਂ ਇੱਕ ਬਜ਼ੁਰਗ ਸੀਗੇ, ਉਹ ਜਿੱਥੇ ਲੱਭਣ ਉਹਨਾਂ ਨੂੰ ਲੱਭ ਕੇ ਲੈ ਕੇ ਆਓ, ਬੜੇ ਇੱਜ਼ਤ ਅਤੇ ਇਹਤਰਾਮ ਨਾਲ ਲੈ ਕੇ ਆਓ, ਜ਼ਰਾ ਗੌਰ ਕਰਨਾ। ਹੁਣ ਲੱਗੇ ਲੱਭਣ ਉਹਨਾਂ ਬਜ਼ੁਰਗਾਂ ਨੂੰ ਵੀ ਉਹ ਬਜ਼ੁਰਗ ਕਿੱਥੇ ਰਹਿੰਦੇ ਆ। ਪਤਾ ਲੱਗਾ ਆਲੇ ਦੁਆਲੇ ਘੁੰਮਦਿਆਂ ਫਿਰਦਿਆਂ ਸਾਰਿਆਂ ਨੂੰ ਪੁੱਛਦੇ ਪੁੱਛਾਉਂਦੇ, ਉਹ ਕਹਿੰਦੇ ਵੀ ਉਹ ਤਾਂ ਫਕੀਰ ਲੋਕ ਆ, ਵੀ ਉਹ ਤਾਂ ਸਾਈਂ ਲੋਕ ਨੇ, ਜਿੱਦਾਂ ਤੁਸੀਂ ਚਿਹਰਾ ਦੱਸ ਰਹੇ ਹੋ ਤਾਂ ਸਾਈਂ ਲੋਕ ਉਹ ਤਾਂ ਉੱਥੇ ਰਹਿੰਦੇ ਨੇ, ਵੀ ਉਹਨਾਂ ਦੀ ਤਾਂ ਕੁਟੀਆ ਹੈ, ਕੁਟੀਆ 'ਚ ਰਹਿੰਦੇ ਨੇ। ਚਲੋ ਜੀ ਪਹੁੰਚੇ, ਸਲਾਮ ਅਰਜ਼ ਕੀਤੀ ਉਹਨਾਂ ਬਜ਼ੁਰਗਾਂ ਫਕੀਰਾਂ ਨੂੰ, ਔਰ ਫਕੀਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਉਹ ਜਿਹੜਾ ਨਵਾਂ ਬਾਦਸ਼ਾਹ ਬਣਿਆ ਹੈ ਉਹਨੇ ਬੜਾ ਤੁਹਾਨੂੰ ਪਿਆਰ ਨਾਲ
ਤੁਹਾਨੂੰ ਯਾਦ ਕੀਤਾ ਹੈ ਕਿ ਤੁਸੀਂ ਮਹਾਰਾਜ ਉਹਨਾਂ ਨੂੰ ਮਿਲੋ ਅਤੇ ਬੜੀ ਤਾਂਘ ਹੈ। ਚਲੋ ਜੀ, ਫਕੀਰ ਉੱਥੇ ਗਏ। ਜਦੋਂ ਉਸਨੇ ਦੇਖਿਆ ਫਕੀਰਾਂ ਨੂੰ, ਉਹਨਾਂ ਨੇ ਹੁਣ ਭੇਸ ਆਪਣਾ ਪਾਇਆ ਹੋਇਆ ਸੀ, ਚੋਲਾ ਪਾਇਆ ਹੋਇਆ ਸੀ, ਜਦੋਂ ਦੇਖਿਆ ਵੀ ਫੱਕਰ ਲੋਕ ਨੇ ਹੈ, ਉੱਠ ਕੇ ਖੜਾ ਹੋ ਗਿਆ ਬਾਦਸ਼ਾਹ ਔਰ ਆ ਕੇ ਸਲਾਮ ਸਜਦਾ ਕੀਤਾ, ਸਜਦਾ ਕਰਕੇ ਕਹਿਣ ਲੱਗਾ ਮਹਾਰਾਜ, ਜਿੱਦਾਂ ਸਲਾਮ ਕੀਤਾ, ਸਲਾਮ ਕਰਕੇ ਕਹਿਣ ਲੱਗਾ ਕਿ ਮਹਾਰਾਜ ਅੱਜ ਤੁਹਾਡੀ ਬਦੌਲਤ, ਤੁਹਾਡੀਆਂ ਦੁਆਵਾਂ ਸਦਕਿਆ, ਤੁਹਾਡੇ ਬੋਲ ਜਿਹੜੇ ਕਹੇ ਸੀ ਉਹਦੇ ਨਾਲ ਮੈਂ ਬਾਦਸ਼ਾਹ ਬਣ ਗਿਆ। ਤਾਂ ਉਹ ਫਕੀਰ ਮੁਸਕੁਰਾਏ। ਫਕੀਰ ਕਹਿੰਦੇ ਬਾਦਸ਼ਾਹ, ਤੂੰ ਬਾਦਸ਼ਾਹ ਆਪਣੇ ਕਰਮਾਂ ਕਰਕੇ ਬਣਿਆ ਹੈ, ਮੇਰਾ ਕੰਮ ਸੀ ਤੈਨੂੰ ਰਾਹ ਦਿਖਾਉਣਾ, ਔਰ ਤੂੰ ਉਸ ਰਾਹ 'ਤੇ ਆਪ ਚੱਲਿਆ ਹੈ। ਤਾਂ ਉਹ ਬਾਦਸ਼ਾਹ ਕਹਿਣ ਲੱਗਾ ਕਿ ਮਹਾਰਾਜ ਮੇਰੇ ਕਰਮ, ਮੈਂ ਕਿਹੜਾ ਇਸ ਐਸੇ ਰਾਹ 'ਤੇ ਚੱਲਿਆ। ਕਹਿੰਦੇ ਤੂੰ ਸਦਕਾ ਦੇਣਾ ਰਿਹਾ, ਤੂੰ ਭੁੱਖੇ ਨੂੰ ਅੰਨ ਦਿੰਦਾ ਰਿਹਾ, ਪਿਆਸੇ ਨੂੰ ਪਾਣੀ ਦਿੰਦਾ ਰਿਹਾ, ਗਰੀਬ ਦੀ ਮਦਦ ਕਰਦਾ ਰਿਹਾ। ਕਹਿੰਦੇ ਸਦਕਾ ਜਿਹੜਾ ਹੈ ਉਹ ਇੱਕ ਐਸਾ ਰਾਹ ਹੈ ਉਸ ਖੁਦਾ ਦੇ ਘਰ ਨੂੰ ਜਾਂਦਾ ਕਿ ਜਿਹੜਾ ਬੰਦਾ ਉਹ ਨੇਕ ਕਰਮ ਕਰਨ ਲੱਗ ਪਏ ਹੋ ਜਾ, ਕਹਿੰਦੇ ਉਹ ਆਪਣੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਜਦੋਂ ਅਸੀਂ ਤੈਨੂੰ ਕਿਹਾ ਸੀ ਵੀ ਉਹ ਦੋ ਬੱਚਿਆਂ ਨੂੰ ਖਾਣਾ ਖਿਲਾ ਦੇ, ਕਹਿੰਦੇ ਉਹ ਦੋ ਬੱਚੇ ਕਈ ਦਿਨਾਂ ਦੇ ਭੁੱਖੇ ਸੀ, ਉਹਦੇ ਮਾਂ ਪਿਓ ਹੈ ਨਹੀਂ ਸੀ ਉਹਨਾਂ ਦੋਵਾਂ ਬੱਚਿਆਂ ਦੇ, ਮੰਗਦੇ ਫਿਰਦੇ ਸੀ, ਕੋਈ ਸੁਣਦਾ ਨਹੀਂ ਸੀ। ਤੂੰ ਜਦੋਂ ਉਹਨਾਂ ਨੂੰ ਰੋਟੀ ਖਵਾਈ ਤਾਂ ਉਹਨਾਂ ਦੇ ਦਿਲੋਂ ਐਸੀ ਦੁਆ ਨਿਕਲੀ ਕਿ ਉਦਣ ਤੋਂ ਹੀ ਤੇਰੇ ਜਿਹੜੇ ਦਿਨ ਸੀ ਪਲਟਣੇ ਸ਼ੁਰੂ ਹੋ ਗਏ ਸੀ। ਅਤੇ ਫਿਰ ਜਦੋਂ ਕਹਿੰਦੇ ਤੈਨੂੰ ਥੈਲਾ ਮਿਲਿਆ, ਉਹ ਤੂੰ ਸਾਡੇ ਕਹਿਣ 'ਤੇ ਵਾਪਸ ਕਰਕੇ ਆਇਆ, ਤੇਰੇ ਦਿਲ 'ਚ ਆਇਆ ਕਿ ਮੈਂ ਰੱਖ ਲਵਾਂ, ਪਰ ਫਿਰ ਤੂੰ ਕਿਹਾ ਨਹੀਂ, ਮੈਨੂੰ ਉਸ ਬਜ਼ੁਰਗ ਨੇ ਆਖਿਆ, ਤੈਨੂੰ ਨਹੀਂ ਪਤਾ ਸੀ ਵੀ ਅਸੀਂ ਫਕੀਰ ਲੋਕ ਹਾਂ, ਅਸੀਂ ਸਾਈਂ ਲੋਕ ਹਾਂ, ਪਰ ਤੂੰ ਸਾਡੀ ਗੱਲ ਮੰਨੀ, ਤੂੰ ਸਾਡੀ ਗੱਲ ਮੰਨੀ, ਤੈਨੂੰ ਲੱਗਿਆ ਵੀ ਉਹ ਬਜ਼ੁਰਗਾਂ ਨੇ ਜੋ ਕਿਹਾ ਸੱਚ ਕਿਹਾ, ਜਦੋਂ ਤੂੰ ਰੱਖ ਕੇ ਆਇਆ ਆਪਣੇ ਪਾਕ ਦਿਲ ਨਾਲ ਵੀ, ਮੈਂ ਨਹੀਂ ਰਹਿ ਰੱਖ ਸਕਦਾ ਹੈ ਕਿਉਂਕਿ ਮੈਨੂੰ ਸਕੂਨ ਨਹੀਂ ਮਿਲਣਾ, ਚੈਨ ਨਹੀਂ ਮਿਲਣਾ, ਤੂੰ ਵਾਪਸ ਕਰਕੇ ਆਇਆ, ਅਤੇ ਜੇ ਤੂੰ ਉੱਧਰ ਨਾ ਵਾਪਸ ਕਰਦਾ ਤੂੰ ਬਾਦਸ਼ਾਹ ਬਣ ਸਕਦਾ ਸੀ। ਉਹ ਕਹਿੰਦੇ ਅਸੀਂ ਤਾਂ ਤੈਨੂੰ ਰਾਹ ਦਿਖਾਇਆ ਚੱਲਿਆ ਅਤੇ ਤੂੰ ਆਪ ਹੀ ਹੈ, ਕਰਮ ਤਾਂ ਤੇਰੇ ਆਪ ਹੀ ਸਿੱਧੇ ਹੋਏ। ਉਹ ਬਾਦਸ਼ਾਹ ਜਿਹੜਾ ਸੀ ਨਾ, ਉਹ ਬੜਾ ਖੁਸ਼ ਹੋਇਆ, ਉਹਨੇ ਫਕੀਰਾਂ ਨੂੰ ਫਿਰ ਸ਼ੁਕਰਾਨਾ ਕੀਤਾ ਕਿ ਤੁਹਾਡਾ ਸ਼ੁਕਰ ਹੈ ਮਹਾਰਾਜ, ਤੁਸੀਂ ਮੈਨੂੰ ਰਾਹ ਪਾਇਆ, ਮਾਰਗ ਦਰਸ਼ਨ ਕੀਤਾ। ਉਹਨੇ ਫਿਰ ਫਕੀਰਾਂ ਨੂੰ ਕਿਹਾ, ਕਹਿੰਦਾ ਮਹਾਰਾਜ ਤੁਸੀਂ ਇੱਥੇ ਹੀ ਰਹੋ ਰਾਜ ਮਹਿਲ 'ਚ, ਤੁਸੀਂ ਕਿਉਂ ਬਾਹਰ ਰਹਿਣਾ ਹੈ? ਉਹ ਫਕੀਰ ਕਹਿਣ ਲੱਗੇ, ਅਸੀਂ ਫਕੀਰ ਹਾਂ, ਅਸੀਂ ਜਿੱਥੇ ਬੈਠ ਜਾਈਏ ਅਸੀਂ ਉੱਥੇ ਹੀ ਮਹਿਲ ਬਣਾ ਲੈਂਦੇ ਹਾਂ, ਸਾਡੀ ਕੁੱਲੀ ਵੀ ਮਹਿਲਾਂ ਵਰਗੀ ਹੈ, ਕਿਉਂਕਿ ਅਸੀਂ ਤੇਰੇ ਵਰਗੇ ਕਈ ਲੋਕਾਂ ਨੂੰ ਰਾਜੇ ਬਣਾ ਦਿੰਦੇ ਹਾਂ, ਬਾਦਸ਼ਾਹ ਬਣਾ ਦਿੰਦੇ ਹਾਂ। ਗੱਲ ਤਾਂ ਹੈ ਸਾਡੇ 'ਤੇ ਯਕੀਨ ਕਰਨ ਦੀ, ਜਿਹੜਾ ਕਰ ਗਿਆ ਸੋ ਲੈ ਗਿਆ, ਜਿਹੜਾ ਨਹੀਂ ਉਹ ਰਹਿ ਗਿਆ। ਸੋ ਇਸ ਤਰੀਕੇ ਬਾਬਾ ਜੀ ਉਸ ਫਕੀਰ ਨੇ ਕਹਿੰਦੇ ਆ ਉਸ ਗਰੀਬ ਨੂੰ ਬਾਦਸ਼ਾਹ ਬਣਾਇਆ। ਹੁਣ ਇੱਥੇ ਦੱਸਿਆ ਕੀ ਹੈ ਕਿ ਜਦੋਂ ਕੋਈ ਇਨਸਾਨ ਆਪਣੇ ਨੇਕ ਦਿਲ ਨਾਲ ਨਿਸਵਾਰਥ ਹੋ ਕੇ ਕਿਸੇ ਦੀ ਥੋੜ੍ਹੀ ਜਿਹੀ ਵੀ ਮਦਦ ਕਰਦਾ ਹੈ, ਕਿਸੇ ਗਰੀਬ ਨੂੰ ਰੋਟੀ ਖਵਾ ਦਿੰਦਾ ਹੈ, ਕਿਸੇ ਪਿਆਸੇ ਨੂੰ ਪਾਣੀ ਪਿਲਾ ਦਿੰਦਾ ਹੈ। ਅੱਜ ਕੱਲ੍ਹ ਜਿੱਦਾਂ ਗਰਮੀ ਹੈ, ਤੁਸੀਂ ਕਿਸੇ ਚਿੜੀਆਂ ਨੂੰ ਪਾਣੀ ਪਿਲਾ ਦਿੰਦਾ ਹੈ ਬੰਦਾ, ਤਾਂ ਉਹਦੇ ਦਿਲੋਂ ਦਵਾ ਹੀ ਨਿਕਲਣੀ ਹੈ ਨਾ, ਉਹ ਪਤਾ ਨਹੀਂ ਮਾਲਕ ਨੇ ਕਿਹਦੀ ਦਵਾ ਕਿਹੜੇ ਵੇਲੇ ਸੁਣ ਲੈਣੀ ਹੈ। ਔਰ ਫਕੀਰ ਇਹੀ ਤਾਂ ਰਾਹ ਪਾ ਰਹੇ ਕਿ ਭਾਈ ਤੇਰਾ ਇਕੱਲੇ ਦਾ ਤਰਨਾ ਬਹਾਦਰੀ ਨਹੀਂ, ਲੈ ਕੇ ਦੂਜੇ ਨੂੰ ਤਰੇ ਤਾਂ ਜਾਣਾ। ਉਹ ਆਪ ਤਾਂ ਉਹ ਭਾਵ ਸਾਗਰ ਬਾਬਾ ਜੀ, ਆਪ ਤਾਂ ਜਿਹੜੇ ਵੇਲੇ ਮਰਜ਼ੀ ਲੰਘ ਜਾਂਦੇ ਆ, ਇਸ ਜਹਾਨ ਦੇ ਵੀ ਮਾਲਕ ਆ, ਉਸ ਜਹਾਨ 'ਤੇ ਵੀ ਆਪਣੀ ਮਰਜ਼ੀ ਚਲਾਉਂਦੇ, ਕਦੇ ਉੱਧਰ ਕਦੇ ਇੱਧਰ। ਫੱਕਰ ਲੋਕ ਗੁਰੂ ਰਹਿਬਰ ਪੀਰ ਫਕੀਰ, ਉਹਨਾਂ ਦੀ ਮਰਜ਼ੀ ਹੈ, ਸਭ ਜਹਾਨ ਉਸੀ ਕੇ ਹੈ, ਹਰ ਜਹਾਨ ਮੈਂ ਵਹੀ ਬਾਦਸ਼ਾਹ। ਲੋਕਾਂ ਨੂੰ ਦੱਸਦੇ ਆ, ਰਾਹ ਦਿਖਾਉਂਦੇ ਆ, ਕਿਉਂਕਿ ਰਾਹੇ ਜੋ ਪਾਉਂਦੇ ਦੁਨੀਆਂ ਨੂੰ, ਆਪ 'ਚ ਰਸਤੇ ਹੁੰਦੇ ਨੇ, ਤਾਂ ਜਿੱਧਰ ਨੂੰ ਪਾ ਦੇਣ ਰਾਹ ਜਿਹੜਾ ਤੁਰ ਪਿਆ ਸੋ ਲੈ ਗਿਆ ਬਾਬਾ ਜੀ। ਸੋ ਸਾਰਿਆਂ ਨੂੰ ਸਲਾਮ। ਹੁਣ ਉਹਨਾਂ ਨੇ ਦੱਸਿਆ ਹੈ ਕਿ ਸਵਾਬ ਕਿਹਨੂੰ ਮਿਲਦਾ ਹੈ, ਜਿਹੜਾ ਕਿਸੇ ਦੀ ਮਦਦ ਕਰਦਾ ਹੈ, ਕਿਸੇ ਦਾ ਸਾਥ ਦਿੰਦਾ ਹੈ। ਜੇ ਕਿਸੇ ਦਾ ਨਹੀਂ ਕਰ ਸਕਦੇ ਨਾ, ਕਹਿੰਦਾ ਭਲਾ ਦਾ ਸਰਬੱਤ ਦਾ ਮੰਗ ਹੀ ਸਕਦੇ ਹਾਂ, ਸਰਬੱਤ ਦਾ ਭਲਾ ਦਾ ਸਵੇਰੇ ਉੱਠ ਕੇ ਮੰਗ ਹੀ ਸਕਦੇ ਹਾਂ।
ਉਹਦੇ ਵਿੱਚ ਹੀ ਆਪਣਾ ਭਲਾ ਹੈ ਬਾਬਾ ਜੀ। ਸੋ ਕਿਸੇ ਦੇ ਨਾਲ ਨਾਲ ਆਪਣਾ ਵੀ ਭਲਾ ਹੋ ਜਾਂਦਾ ਹੈ ਕਿਸੇ ਦੀ ਮਦਦ ਕਰਨ ਨਾਲ, ਇਹ ਇਸ ਜਿਹੜੀ ਗੱਲ ਹੈ। ਕਹਿੰਦੇ ਕਿ ਬਾਦਸ਼ਾਹ ਬਣਾ ਦਿੱਤੀ ਹੈ ਵੋ, ਬਾਦਸ਼ਾਹ ਬਣਾ ਦਿੱਤੇ ਹੈ ਵੋ ਕਰਮ, ਜੋ ਕਰਮ ਕਿਸੀ ਕੇ ਚਿਹਰੇ ਪੇ ਮੁਸਕੁਰਾਹਟ ਲਾ ਦੇ, ਵੋ ਕਰਮ ਜੋ ਕਰਮ ਕਿਸੀ ਕੇ ਪੇਟ ਕੀ ਆਗ ਬੁਝਾ ਦੇ। ਸੋ ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈਂ ਜੀ ਦੀ, ਜੈ ਬਾਬਾ ਅਮਰਾਜ ਸ਼ਾਹ ਬਣੀ ਜੀ।